ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪਹਿਲਾ। ਮਨ ਮੰਤਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾਂ। ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾ ਆਵਾਂ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾਂ। ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾ ਆਵਾਂ। ਮਨ ਬੇਦਿਆ ਦਿਆਲ ਸੇਤੀ ਮੇਰੀ ਮਾਂ ਆਈ, ਕੌਣ ਜਾਣੈ ਪੀਰ ਪਰਾਈ। ਹਮ ਨਾਹੀ ਚਿੰਤ ਪਰਾਈ ਰਹਾਉ, ਅਗਮਿਆ ਗੋਚਰੇ ਅਲਖਿਆ ਪਾਰਾ। ਚਿੰਤਾ ਕਰੋ ਹਮਾਰੀ, ਜਲ ਥਲ ਮੀ ਅਲ ਭਰ ਭੋਲੀ ਨਾ, ਘੜ ਘੜ ਜੋਤ ਤੁਮਾਰੀ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ। ਤੁਝ ਬਿਨ ਅਵਰਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ। ਜੀ ਜੰਤ ਸਭ ਸਨ ਤੁਮਾਰੀ, ਸਰਬ ਚਿੰਤ ਤੁਧ ਪਾਸੇ। ਜੋ ਤੁਧ ਭਾਵ ਹੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਜੀ ਜੰਤ ਸਭ ਸਨ ਤੁਮਾਰੀ, ਸਰਬ ਚਿੰਤ ਤੁਧ ਪਾਸੇ। ਜੋ ਤੁਧ ਭਾਵ ਹੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਸ ਇਜ਼ ਟੁਡੇਜ਼ ਹੁਕਮਨਾਮਾ ਫਰੋਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅਟਡ ਬਾਈ ਅਵਰ ਫਸਟ ਗੁਰੂ, ਗੁਰੂ ਨਾਨਕ ਦੇਵ ਜੀ, ਅੰਡਰ ਹੈਡਿੰਗ ਬਿਲਾਵਲ ਫਸਟ ਮਹਿਲ। ਗੁਰੂ ਸਾਹਿਬ ਜੀ ਸੇਇੰਗ ਦੈਟ ਮਾਈ ਮਾਇੰਡ ਇਜ਼ ਦਾ ਟੈਂਪਲ ਐਂਡ ਮਾਈ ਬਾਡੀ ਇਜ਼ ਦਾ ਸਿੰਪਲ ਕਲੋਥ ਆਫ ਦਾ ਹੰਬਲ ਸੀਕਰ। ਡੀਪ ਵਿਦ ਇਨ ਮਾਈ ਮਾਇੰਡ ਆਈ ਸ਼ੈਲ ਨਾਟ ਕਮ ਟੂ ਬੀ ਬੋਰਨ ਅਗੇਨ। ਮਾਈ ਮਾਇੰਡ ਇਜ਼ ਫਸਟ ਥਰੂ ਬਾਏ ਦਾ ਮਰਸੀਫੁਲ ਲੋਰਡ। ਓ ਮਾਈ ਮਦਰ, ਹੂ ਕੈਨ ਨੋ ਦਾ ਪੇਨ ਆਫ another, I think of none other than the Lord was, O Lord, inaccessible, unfathomable, invisible and infinite. Please take care of me in the water, on the land and in the sky. You are totally pervading. Your light is in each and every heart. All teachings, instructions and understandings are yours. The many suns and sanctuaries are yours as well. Without you, I know no other. O my Lord, O my Master, I continually sing your glorious praises. All beings and creatures seek the protection of your sanctuary. All thought of their care rests with you. That which pleases your will is good. This alone is Nanak's prayer. ਵਾਹਿਗੁਰੂ ਖਾਲਸਾ, ਵਾਹਿਗੁਰੂ ਕੀ ਫਤਿਹ। ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਦੇ ਬਿਲਾਵਲ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ। ਗੁਰੂ ਸਾਹਿਬ ਜੀ ਪ੍ਰਮਾਣ ਕਰਨੇ, ਹੇ ਮੇਰੀ ਮਾਂ, ਮੇਰਾ ਮਨ ਦਇਆ ਦੇ ਘਰ ਪ੍ਰਭੂ ਦੇ ਚਰਨਾਂ ਵਿੱਚ ਵਿੱਜ ਗਿਆ ਹੈ। ਹੁਣ ਮੈਂ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੀ ਆਸ ਨਹੀਂ ਰੱਖਦਾ, ਕਿਉਂਕਿ ਮੈਨੂੰ ਯਕੀਨ ਹੋ ਗਿਆ ਕਿ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਕਿਸੇ ਦੂਜੇ ਦਾ ਦੁੱਖ ਦਰਦ ਸਮਝ ਨਹੀਂ ਸਕਦਾ। ਠਹਿਰਾਓ, ਮੇਰਾ ਮਨ ਪ੍ਰਭੂ ਦੇਵ ਦੇ ਰਹਿਣ ਲਈ ਮੰਦਰ ਬਣ ਗਿਆ ਹੈ। ਮੇਰਾ ਸਰੀਰ ਭਾਵ ਮੇਰਾ ਹਰੇਕ ਗਿਆਨ ਇੰਦਰਾ ਮੰਦਰ ਦੀ ਯਾਤਰਾ ਕਰਨ ਵਾਲਾ ਰਮਤਾ ਸਾਧੂ ਬਣ ਗਿਆ। ਭਾਵ ਮੇਰੇ ਗਿਆਨ ਇੰਦਰੇ ਬਾਹਰ ਭਟਕਣ ਦੇ ਥਾਂ ਅੰਦਰ ਵਸਦੇ ਪਰਮਾਤਮਾ ਵੱਲ ਪਰਤ ਪਏ ਹਨ।
ਹੁਣ ਮੈਂ ਹਿਰਦੇ ਤੀਰਥ ਉੱਤੇ ਹੀ ਇਸ਼ਨਾਨ ਕਰਦਾ ਹਾਂ। ਪਰਮਾਤਮਾ ਦੀ ਸਿਫ ਸਲਾਹ ਦਾ ਸ਼ਬਦ ਮੇਰੀ ਜਿੰਦ ਵਿੱਚ ਟਿਕ ਗਿਆ ਹੈ, ਮੇਰੀ ਜਿੰਦ ਦਾ ਆਸਰਾ ਬਣ ਗਿਆ ਹੈ। ਇਸ ਵਾਸਤੇ ਮੈਨੂੰ ਯਕੀਨ ਹੋ ਗਿਆ ਕਿ ਮੈਂ ਮੁੜ ਜਨਮ ਵਿੱਚ ਨਹੀਂ ਆਵਾਂਗਾ। ਇਹ ਅਪਹੁੰਚ, ਹੇ ਅਗੋਚਰ, ਹੇ ਆਦਿਸ਼ਟ, ਹੇ ਬੇਅੰਤ ਪ੍ਰਭੂ, ਤੂੰ ਹੀ ਸਾਡੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ। ਤੂੰ ਜਲ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ, ਹਰ ਥਾਂ ਹਰ ਥਾਂ ਵਿਆਪਕ ਹੈ, ਨਕਾਰਨਕ ਵਿਆਪਕ ਹੈ। ਹਰੇਕ ਜੀਵ ਦੇ ਹਿਰਦੇ ਵਿੱਚ ਤੇਰੀ ਜੋਤ ਮੌਜੂਦ ਹੈ। ਹੇ ਮੇਰੇ ਮਾਲਕ ਪ੍ਰਭੂ, ਸਭ ਜੀਵਾਂ ਦੇ ਮਨ ਅਤੇ ਸਰੀਰ ਤੇਰੇ ਹੀ ਰਚੇ ਹੋਏ ਹਨ। ਸਿੱਖਿਆ, ਅਕਲ, ਸਮਝ ਸਭ ਜੀਵਾਂ ਨੂੰ ਤੈਥੋਂ ਹੀ ਮਿਲਦੀ ਹੈ। ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ। ਮੈਂ ਨਿੱਤ ਤੇਰੇ ਹੀ ਗੁਣ ਗਾਉਂਦਾ ਹਾਂ। ਸਾਰੇ ਜੀਵ ਜੰਤ ਤੇਰੇ ਹੀ ਆਸਰੇ ਹਨ, ਤੈਨੂੰ ਹੀ ਸਭ ਦੀ ਸੰਭਾਲ ਦਾ ਫਿਕਰ ਹੈ। ਨਾਨਕ ਦੀ ਤੇਰੇ ਦਰ 'ਤੇ ਸਿਰਫ ਇਹੀ ਬੇਨਤੀ ਹੈ, ਜੋ ਤੇਰੀ ਰਜ਼ਾ ਹੋਵੇ ਉਹ ਮੈਨੂੰ ਚੰਗੀ ਲੱਗੇ, ਮੈਂ ਸਦਾ ਤੇਰੀ ਰਜ਼ਾ ਵਿੱਚ ਰਾਜ਼ੀ ਰਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।